ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਬਹੁਚਰਚਿਤ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਅਤੇ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਨੂੰ ਪੁਲਿਸ ਨੇ ਫੜ ਲਿਆ। ਆਰੋਪੀ ਨੂੰ ਬੰਗਲੌਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਡੇਰਾ ਸੱਚਾ ਸੌਦਾ ਸਿਰਸਾ ਦੀ ਰਾਸ਼ਟਰੀ ਕਮੇਟੀ ਦੇ ਮੈਂਬਰ ਹੈ। ਬਰਗਾੜੀ ਬੇਅਦਬੀ ਦੀ ਤਿੰਨੋਂ ਘਟਨਾਵਾਂ ਵਿੱਚ ਨਾਮਜ਼ਦ ਹੈ। ਅਦਾਲਤ ਨੇ ਇਹਨਾਂ 'ਤੇ ਨਾ ਕੇਸ ਵੀ ਸੰਦੀਪ ਬਰੇਟਾ ਦੇ ਨਾਲ ਦੋ ਹੋਰ ਕਮੇਟੀ ਮੈਂਬਰ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਘੋਸ਼ਿਤ ਕੀਤਾ ਹੋਇਆ ਸੀ। ਉੱਥੇ ਫਰੀਦਕੋਟ ਜ਼ਿਲ੍ਹਾ ਪੁਲਿਸ ਟੀਮ ਬੰਗਲੌਰ ਦੇ ਲਈ ਰਵਾਨਾ ਹੋ ਗਈ ਸੀ। 12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਘਟਨਾ ਹੋਈ। ਇਸ ਤੋਂ ਬਾਅਦ ਸਿੱਖ ਸੰਗਠਨਾਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿੱਚ ਪੁਲਿਸ ਬਲ ਦਾ ਪ੍ਰਯੋਗ ਕੀਤਾ ਗਿਆ। ਇਸ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਬਲ ਦਾ ਪ੍ਰਯੋਗ ਕੀਤਾ। ਬਹਿਬਲ ਕਲਾਂ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ, ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕੋਟਕਪੂਰਾ ਵਿੱਚ ਵੀ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਸਨ। ਦੇਖੋ ਜੀ, ਜੇ ਵਾਕਈ ਸੰਦੀਪ ਬਰੇਟੇ ਨੂੰ ਗ੍ਰਿਫਤਾਰ ਕੀਤਾ, ਡਿਟੇਨ ਕੀਤਾ, ਤਾਂ ਪੰਜਾਬ ਦੇ ਲੋਕਾਂ ਦੇ ਜਾਂ ਸਿੱਖਾਂ ਦੇ ਕਿਤੇ ਨਾ ਕਿਤੇ ਜ਼ਖਮਾਂ 'ਤੇ ਮੱਲਮ ਦਾ ਕੰਮ ਹੈ। 8 ਸਾਲ ਬਾਅਦ ਐਟਲੀਸਟ ਇੱਕ ਨਿੱਕੀ ਜਿਹੀ ਆਸ ਦੀ ਕਿਰਨ ਤਾਂ ਜਾਗੀ ਹੈ ਕਿ ਇਸ ਤੋਂ ਬਾਅਦ ਜਿਹੜੀ ਜਾਂਚ ਆ ਬਿਲਕੁਲ ਰੁਕੀ ਹੋਈ ਸੀ ਉਹ ਅੱਗੇ ਵਧੂਗੀ। ਅੱਗੇ ਵਧਣ ਦੇ ਨਾਲ ਜਿਹੜੇ ਦੋ ਭਗੌੜਾ ਕਰਾਰ ਰਹਿੰਦੇ ਆ ਉਹਨਾਂ 'ਤੇ ਵੀ ਕਾਰਵਾਈ ਹੋਊਗੀ, ਜਾਂ ਜਿਹੜਾ ਇਹਨਾਂ ਦਾ ਮੁੱਖ ਸਾਜ਼ਿਸ਼ਕਰਤਾ ਸਨਾਰੀਆ ਜੇਲ੍ਹ ਦੇ ਵਿੱਚ ਬਲਾਤਕਾਰੀ ਰਾਮ ਰਹੀਮ ਬੰਦ ਹੈ, ਕਿਤੇ ਨਾ ਕਿਤੇ ਉਹਦੇ 'ਤੇ ਵੀ ਵੱਡੀਆਂ ਕਾਰਵਾਈਆਂ ਜਿਹੜੀਆਂ ਹੋ ਸਕਣਗੀਆਂ। ਕਿਉਂਕਿ ਇਹ ਉਹ ਉਹਨਾਂ ਪਹਿਲੇ ਨਾਵਾਂ ਦੇ ਵਿੱਚੋਂ ਆ ਜਿਹੜਿਆਂ ਨੇ ਸਾਜ਼ਿਸ਼ ਰਚੀ ਆ, ਜਿਹੜਿਆਂ ਨੇ ਇਕੱਠੇ ਬਹਿ ਕੇ ਇੱਕ ਮੈਪ ਤਿਆਰ ਕੀਤਾ, ਇਹ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਆ ਜਿਹੜਾ ਅੱਜ ਡਿਟੇਨ ਹੋਇਆ। ਕਾਫੀ ਲੰਮਾ ਸਮਾਂ ਹੋ ਗਿਆ ਕਿਉਂਕਿ ਇਹਦੇ ਵਿੱਚ ਹੋਰ ਵੀ ਨਾਮਜ਼ਦ ਸੀਗੇ। ਫਿਲਹਾਲ ਪਰ ਦੱਸਿਆ ਜਾ ਰਿਹਾ ਕਿ ਇਕੱਲਾ 21 ਨੂੰ ਜਿਹੜਾ ਡਿਟੇਨ ਕੀਤਾ ਗਿਆ, ਅਤੇ ਫਰੀਦਕੋਟ ਪੁਲਿਸ ਵੀ ਟੀਮ ਜਿਹੜੀ ਉੱਥੇ ਗਈ ਹੋਈ ਆ, ਜਿਹੜਾ ਕਨਫਰਮ ਕਰਨ ਤੋਂ ਬਾਅਦ ਜਿਹੜਾ ਹੋ ਸਕਦਾ ਤੁਸੀਂ ਗ੍ਰਿਫਤਾਰੀ ਵੀ ਕਰੋਗੇ। ਬਿਲਕੁਲ ਜੀ, ਮੈਂ ਇਹੀ ਕਹਾਂਗਾ ਕਿ ਇਹ 'ਤੇ ਸਖ਼ਤ ਕਾਨੂੰਨਾਂ ਤਹਿਤ ਕਾਰਵਾਈਆਂ ਹੋਣ ਦੀ ਲੋੜ ਆ, ਕਰਨ ਦੀ ਲੋੜ ਆ। ਦੂਸਰਾ, ਇਹਨਾਂ ਨੂੰ ਪੰਜਾਬ ਦੇ ਕਿਸੇ ਚੰਗੇ ਜਿਹੇ CI ਸਟਾਫ ਦੇ ਵਿੱਚ ਇੰਟੈਰੋਗੇਟ ਕਰਨ ਦੀ ਲੋੜ ਆ, ਕਿਉਂਕਿ ਇਕੱਲਾ ਪਰਚਾ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਵਾਲੇ ਇਸ ਮਸਲੇ ਦਾ ਹੱਲ ਨਹੀਂ ਹੋਣਾ। ਬੇਅਦਬੀਆਂ 2015 ਤੋਂ ਜਦੋਂ ਤੋਂ ਇਹਨਾਂ ਨੇ ਪੰਜਾਬ ਦੇ ਵਿੱਚ ਪਿਰਤ ਪਾਈ ਆ ਬੇਅਦਬੀਆਂ ਦੀ, ਉਦੋਂ ਤੋਂ ਲੈ ਕੇ ਅੱਜ ਤੱਕ ਬੇਅਦਬੀਆਂ ਨਿਰੰਤਰ ਚੱਲ ਰਹੀਆਂ, ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜੇ ਇਹਨਾਂ ਲੋਕਾਂ ਨੂੰ ਸਖ਼ਤ ਕਾਨੂੰਨਾਂ ਤਹਿਤ ਕਾਰਵਾਈਆਂ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨਗੇ ਤਾਂ ਜਾ ਕੇ ਬੇਅਦਬੀਆਂ ਰੁਕਣੀਆਂ, ਜਾਂ ਜਿੰਨਾ ਸਮਾਂ ਸਾਡੇ ਪੁਰਖਿਆਂ ਵਾਂਗ ਪੁਰਾਤਨ ਸਿੰਘਾਂ ਵਾਂਗ ਜਾਂ ਮੱਸੇ ਰੰਗੜ ਵਾਂਗ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਜੇ ਜੀ ਸਜ਼ਾ ਉਹਨੂੰ ਮਿਲੀ ਸੀ ਬੇਅਦਬੀ ਕਰਨ ਦੀ, ਉਹਨਾਂ ਸਮਾਂ ਬੇਅਦਬੀਆਂ ਪੰਜਾਬ ਦੇ ਵਿੱਚ ਰੁਕਣਗੀਆਂ ਨਹੀਂ। ਇੱਕ ਗੱਲ ਕਰੀਏ ਇਸ ਮਾਮਲੇ ਦੀ, ਜਿਹੜੇ ਮਾਮਲੇ ਦੇ ਕੇਸ ਚੱਲ ਰਹੇ ਨੇ ਉਹ ਸਾਰੇ ਚੰਡੀਗੜ੍ਹ ਇੱਥੋਂ ਕਰ ਦਿੱਤੇ ਗਏ ਨੇ, ਪਹਿਲਾਂ ਫਰੀਦਕੋਟ ਅਦਾਲਤ ਦੀ, ਪਰ ਹੁਣ ਚੰਡੀਗੜ੍ਹ ਕਰ ਦਿੱਤੇ ਗਏ, ਅਤੇ ਉਹ ਚੀਜ਼ ਵਿੱਚ ਕੇਸ ਦੇ ਵਿੱਚ ਕਿੰਨਾ ਕੁ ਇਸ ਚੀਜ਼ ਫਰਕ ਪਵੇਗਾ? ਹਾਲਾਂਕਿ ਦੇਖੋ ਇਫੈਕਟ ਪੈਂਦਾ ਜਿਹੜਾ ਬੰਦਾ, ਕਿਉਂਕਿ ਬੁਰਜ ਜਵਾਹਰ ਸਿੰਘ ਵਾਲੇ ਤੋਂ ਫਰੀਦਕੋਟ ਦੀ ਅਦਾਲਤ ਦਾ ਜਿਹੜਾ ਡਿਸਟੈਂਸ ਆ 25 ਤੋਂ 30 ਕਿਲੋਮੀਟਰ ਦਾ ਬਣਦਾ। ਸੋ ਜਿਹੜਾ ਬੰਦਾ 30 ਕਿਲੋਮੀਟਰ ਜਾਣ ਲੱਗਿਆ ਹੀ ਦਿੱਕਤ ਮਹਿਸੂਸ ਕਰਦਾ, ਉੱਥੇ ਗਵਾਹੀ ਦੇਣ ਜਾਣ ਲੱਗਿਆ ਜਾਂ ਉੱਥੇ ਤਰੀਕ 'ਤੇ ਜਾਣ ਲੱਗਿਆ ਦਿੱਕਤ ਮਹਿਸੂਸ ਕਰਦਾ ਕਿ ਕਿਉਂ ਉਹਨਾਂ ਦੇ ਗਲ ਪਵਾਂਗੇ ਜਾਂ ਉੱਥੇ ਜਾ ਕੇ ਮਾਹੌਲ ਖਰਾਬ ਹੋ ਸਕਦਾ, ਇਹਨਾਂ ਚੀਜ਼ਾਂ ਦਾ ਉਹਦੇ ਅੰਦਰ ਅੱਜ ਦੇ ਸਮੇਂ 'ਚ ਭੈ ਪਾਇਆ ਹੋਇਆ ਇਹਨਾਂ ਡੇਰੇਦਾਰਾਂ ਨੇ ਜਾਂ ਇਹਨਾਂ ਦੀ ਉਹ ਕਮਿਊਨਿਟੀ ਨੇ ਜਿਹੜੇ ਇਕੱਠੇ ਹੋ ਕੇ ਤਰੀਕ ਦੇ ਉੱਤੇ ਕੋਈ 200-500 ਬੰਦਾ ਇਕੱਠੇ ਕਰਦੇ ਆ, ਤਾਂ ਉਹ ਬੰਦਾ ਚੰਡੀਗੜ੍ਹ ਕਿਵੇਂ ਜਾਊਗਾ? ਇੱਕ ਤਾਂ ਉਹਦੇ ਲਈ ਖਰਚਾ ਵੱਧਦਾ, ਦੂਸਰਾ ਉਹਦੇ ਲਈ ਜਾਣਾ ਔਖਾ ਹੋ ਜਾਂਦਾ। ਸੋ ਇਸ ਗੱਲ ਕਰਕੇ ਅਸੀਂ ਪਹਿਲਾਂ ਵੀ ਇਸ ਗੱਲ ਦੀ ਨਿਖੇਧੀ ਕੀਤੀ ਸੀ ਕਿ ਇਹ ਕੇਸ ਆ ਜਿਹੜੇ ਤੁਸੀਂ ਕ੍ਰਾਈਮ ਕਰੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਅਤੇ ਤੁਹਾਨੂੰ ਉਹਦੇ ਕੇਸ ਆ ਜਿਹੜੇ ਉਹ ਜਾ ਕੇ UP ਬਿਹਾਰ 'ਚ ਲੜਨੇ ਪੈਣ, ਇਹ ਕਿੱਥੋਂ ਦਾ ਇਨਸਾਫ ਹੋਊਗਾ? ਤਾਂ ਸਿੱਧਾ ਸਿੱਧਾ ਇਨਸਾਫ ਨਾ ਦੇਣ ਦੀ ਗੱਲ ਹੋਊਗੀ। ਸੋ ਇਹ ਕੇਸਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਰਹਿਣਾ ਚਾਹੀਦਾ ਜਿੱਥੋਂ ਦੇ ਲੋਕ ਪੀੜਤ ਆ, ਜਿੱਥੋਂ ਦੇ ਲੋਕ ਗਵਾਹੀ ਭਰ ਸਕਦੇ ਆ ਵੀ ਹਾਂ ਇੱਥੋਂ ਦਾ ਕੁਛ ਹੋਇਆ, ਜਿੱਥੋਂ ਦਾ ਪ੍ਰਸ਼ਾਸਨ, ਜਿੱਥੋਂ ਦੇ ਲੋਕ, ਆਮ ਅਦਾਲਤਾਂ ਦੇ ਵਿੱਚ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ। ਸੁਖਰਾਜ, ਕਿ ਮੰਨ ਸਕਦੇ ਤੁਸੀਂ ਵਾਕਈ ਉਹ ਸੰਦੀਪ ਬਰੇਟਾ ਤੋਂ ਦੇਸ਼ ਛੱਡਣ ਦੀ ਫਿਰਾਕ ਦੇ ਵਿੱਚ ਸੀਗਾ, ਅਤੇ ਜਿਹੜੇ ਰਹਿੰਦੇ ਦੋ ਹੋਰ ਆ ਜਿਹੜੇ ਭਗੌੜੇ ਆ, ਉਹਨਾਂ ਨੂੰ ਦੇਸ਼ ਦੀ ਪੁਲਿਸ ਵੱਲੋਂ ਕਿਸ ਤਰੀਕੇ ਦੀ ਸਤਰਕ ਹੋਣਾ ਚਾਹੀਦਾ? ਦੇਖੋ, ਪਹਿਲੀ ਗੱਲ, ਜੇ ਇਹ ਸੰਦੀਪ ਬਰੇਟਾ ਹੀ ਆ, ਆਪਾਂ ਪਹਿਲਾਂ ਗੱਲ ਕੀਤੀ ਆ ਵੀ ਹੈਗਾ, ਦੂਜਿਆਂ ਦਾ ਇਹ ਤੋਂ ਇੰਟੈਰੋਗੇਟ ਇੰਨਾ ਕਿ ਇਹਨੂੰ ਕਰ ਲੈਣਾ ਚਾਹੀਦਾ ਆਉਂਦਿਆਂ ਤੱਕ, ਉਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਕੁਛ ਵੀ ਭੁੱਲੀ ਨਹੀਂ ਹੈ, ਇਹਨੂੰ ਪੰਜਾਬ ਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕਰਾਉਣ ਤੱਕ ਦੂਜਿਆਂ ਦਾ ਇਹਨੂੰ ਦੱਸ ਦੇਣਾ ਚਾਹੀਦਾ ਕਿ ਉਹ ਕਿੱਥੇ ਨੇ। ਜੇ ਉਹ ਬਾਹਰ ਨੇ ਤਾਂ ਬਾਹਰੋਂ ਵੀ ਉਹਨਾਂ ਨੂੰ ਲਿਆਉਣਾ ਚਾਹੀਦਾ, ਜੇ ਉਹ ਪੰਜਾਬ 'ਚ ਹੀ ਨੇ ਜਾਂ ਹਰਿਆਣੇ 'ਚ ਨੇ ਉੱਥੋਂ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਇਕੱਠਿਆਂ ਨੂੰ ਜਿਹੜਾ ਪੁੱਛਗਿੱਛ ਕਰਨ ਦੀ ਲੋੜ ਆ, ਕਿਉਂਕਿ ਇਹ ਸਾਜ਼ਿਸ਼ ਆ ਜਿਹੜੀ, ਇਹ ਕੋਈ ਆਮ ਕੇਸ ਨਹੀਂ ਆ। ਜੇ ਆਪਾਂ ਗੱਲ ਕਰੀਏ ਕਿਸੇ ਬੰਦੇ ਦਾ ਕਤਲ ਹੋ ਗਿਆ, ਇਹ ਇੱਕ ਕਰੋੜਾਂ ਅਰਬਾਂ ਲੋਕਾਂ ਦੀ ਆ ਜਿਹੜੀ ਆਸਥਾ ਨੂੰ ਠੇਸ ਪਹੁੰਚਾਈ ਹੈ ਇਹਨਾਂ ਲੋਕਾਂ ਨੇ ਬੇਅਦਬੀ ਕਰਕੇ, ਉਸ ਗੁਰਬਾਣੀ ਨੂੰ ਜਿਹੜੀ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ, ਜਿਸ 'ਚ ਸਾਰੇ ਧਰਮਾਂ ਦੀ ਬਾਣੀ ਮੌਜੂਦ ਹੈ ਅਤੇ ਕਦੇ ਵੀ ਮਾੜਾ ਕਰਨ ਲਈ ਇੱਕ ਸੌਂਦੀ ਨਹੀਂ ਹੈ,
उस बाणी नूं इन्हां ने गलियां च खिलारिया है, उहदे अंग गलियां च खिलार के यह चैलेंज किया कि इन्हां दे विच कोई शक्ति नहीं है। जे असीं अपने गुरुआं दे फलसफे ते चलण दी गल करदे हां, गुरु ग्रंथ साहिब नूं गुरु मानदे हां, तां उन्हां ने कितना कितें उत्थों रोकण दी भी कोशिश की है। तो असीं समझदे हां कि डेरा जिहड़ा पंजाब दे विच इस तरह का लांबू लाउण दी कोशिश करदा उहनूं पंजाब दे विचों बंद कर देना चाहिए।